कृपया ध्यान दें, गाड़ी संख्या 02547 और गाड़ी संख्या 52591 दार्जिलिंग डीजल पावर, गाड़ी संख्या 02547 और गाड़ी संख्या 52591 दार्जिलिंग डीजल सोएगा। I love DHR Darjeeling. ਕਿੱਧਰ ਹੋ? ਤਾੜੀਆਂ ਨਹੀਂ ਮਾਰਦਾ, ਜਰਦਾ ਲਾਉਂਦਾ ਉਹ। ਆ ਜਾ ਇੱਧਰ, ਆ ਜਾ, ਉਹਦੇ ਆਪਾਂ ਉੱਧਰ ਟਰੈਕ ਦੇਖਦੇ ਹਾਂ। ਲਓ ਜੀ, ਇਹ ਹੈਗਾ ਰੇਲਵੇ ਸਟੇਸ਼ਨ ਅਤੇ ਆਪਾਂ ਫਾਈਨਲੀ ਟਿਕਟ ਬੁੱਕ। ਹਾਂਜੀ, ਨਹੀਂ ਪਿੱਛੇ ਖੜ, ਇੱਥੇ ਖੜਾ ਰਹੇ, ਅਤੇ ਆਪਾਂ ਟਿਕਟ ਬੁੱਕ ਕਰਾਤੀ ਜੀ। ਪਹਿਲਾਂ ਤਾਂ ਹੋ ਨਹੀਂ ਰਹੀ ਸੀ, ਕਹਿੰਦੇ ਔਨਲਾਈਨ ਚੈੱਕ ਕਰੋ, ਫਿਰ ਚਲੋ ਵੇਟ ਵੂਟ ਕਰਕੇ ਕਰ ਹੀ ਦਿੱਤੀ ਉਹਨਾਂ ਨੇ, ਮਾਹੌਲ ਕੁਛ ਇੱਦਾਂ ਦਾ। ਬੈਠ ਧੁੱਪ ਜੀ ਨਿਕਲਦੀ ਆ, ਬੱਦਲ ਵੀ ਹੈਗੇ ਨੇ। ਲਓ ਜੀ, ਟਿਕਟ ਆਪਾਂ ਕਰਵਾ ਲਈ ਆ, ਅਤੇ ਟ੍ਰੇਨ ਦਾ ਟਾਈਮ ਮੋਰਨਿੰਗ ਹੋ ਜਾਂਦਾ 9 ਵਜੇ ਤੋਂ ਸਟਾਰਟ, 9:30 ਪਹਿਲੀ ਆ ਨਾ ਮੈਨੂੰ ਲੱਗਦਾ। ਇੱਕ ਡੀਜ਼ਲ ਵਾਲੀ, ਇੱਕ ਸਟੀਮ ਵਾਲੀ ਆ। ਡੀਜ਼ਲ ਵਾਲੀ ਦਾ ਰੇਟ ਘੱਟ ਆ, ਸਟੀਮ ਵਾਲੀ ਦਾ ਰੇਟ 500 ਰੁਪਈਆ ਜ਼ਿਆਦਾ ਆ। ਡੀਜ਼ਲ ਵਾਲੀ ਦਾ ਹੈਗਾ 1000 ਰੁਪਈਆ ਪਰ ਪਰਸਨ, ਅਤੇ ਸਟੀਮ ਵਾਲੀ ਦਾ ਹੈਗਾ 1500 ਰੁਪਈਆ ਪਰ ਪਰਸਨ। ਬੱਚੇ ਦੀ 5 ਸਾਲ ਤੱਕ ਲੱਗਣੀ, 5 ਸਾਲ ਤੱਕ ਨਹੀਂ ਲੱਗਦੀ, ਹਾਂ 5+ ਚਾਹੇ ਜਿੰਨਾ ਵੀ ਆ, ਮਹੀਨਾ 2 ਮਹੀਨੇ ਜਿੰਨਾ ਵੀ ਉਹਦੀ ਲੱਗੂਗੀ, ਰਿਵਾਇਜ਼ ਡਿਫਾਲਟ ਟਿਕਟ ਲੱਗੀ ਆ। ਉਹ ਦੱਸਣ ਨੂੰ ਉਹ ਤਾਂ ਜੇ ਕਹਿ ਲੈਣਾ, ਉਹ ਕਹਿਣ ਲੈ ਆਧਾਰ ਕਾਰਡ ਜਾਂ ਕੁਛ ਦਿਖਾਓ, ਫਿਰ ਉੱਥੇ ਵੱਧ ਨਿਕਲਿਆ ਹੋਵੇ, ਫਿਰ ਐਵੇਂ ਚਲੋ। ਇਹਦੀ ਵੀ ਫਾਲਟ ਟਿਕਟ ਲੱਗੀ ਆ। ਸਟੀਮ ਵਾਲੀ ਦਾ ਇੱਦਾਂ ਵੀ, ਸਟੀਮ ਵਾਲੀ ਦੀ ਜਿਹੜੀ ਸਿਟੀ ਜੀ ਵੱਜਦੀ ਹੁੰਦੀ ਆ, ਤੁਸੀਂ ਦੇਖੀ ਹੋਣੀ ਵੀਡੀਓ ਜਿਵੇਂ, ਹੈ ਨਾ, ਉਹ ਵਿਸਲ ਜੀ ਸਟੀਮ ਵਾਲੀ ਦੀ ਸੁਣਦੀ, ਉਹ ਡੀਜ਼ਲ ਵਾਲੀ ਦੀ ਨਹੀਂ ਸੁਣਦੀ ਜਿਹੜੀ, ਹਾਂ ਜਿਹੜੀ ਜਿਵੇਂ ਸ਼ੋਲ ਹੈ ਹਮਾਰੇ ਪਾਸ। ਲਓ ਜੀ, ਉਹ ਹੱਕਾ ਮਾਰਨ ਲੱਗੀ, ਕਹਿੰਦੀ ਸਟਾਲ ਲੈ ਲਓ। ਏ ਸਿਸਟਰ, ਈ ਸਟਾਲ, ਈ ਸਟਾਲ, ਈ ਸਟਾਲ, ਲਓ ਸਟਾਲ, ਸਟਾਲ ਹੈਗਾ ਸਾਡੇ ਕੋਲ। ਅਤੇ ਆਹ ਟਰੈਕ ਆ ਹੁਣ, ਇੱਥੇ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਉੱਥੋਂ, ਹੈ ਨਾ, ਇੱਧਰੋਂ ਤਾਂ ਨਹੀਂ ਆਉਣੀ, ਇੱਧਰੋਂ ਹੀ ਆ ਕੇ ਉੱਥੇ ਰੁਕੂਗੀ ਅਤੇ ਉੱਥੋਂ ਹੀ ਬਿਠਾ ਕੇ ਸਾਰਿਆਂ ਨੂੰ, ਉਸ ਤੋਂ ਬਾਅਦ ਅੱਗੇ ਉੱਧਰ ਹੀ ਨਿਕਲੂਗੀ। ਉਹ ਟਰੈਕ ਬਣਾਇਆ ਵੈਸੇ, ਇੱਥੇ ਤੱਕ ਜੇ ਵਾਪਸ ਜਾਊਗੀ ਤਾਂ ਉੱਥੇ ਤੱਕ ਜਾਊਗੀ, ਉੱਥੋਂ ਰੁਕ ਜਾਊਗੀ, ਔਰ ਪੂਰੀ ਰਾਈਡ 'ਤੇ ਲੱਗਣੇ ਆ 2.5 ਘੰਟੇ। ਆਹ ਤਾਂ ਲਾ ਦੇ, ਇੰਨੀ ਵੀ ਠੰਡ ਨਹੀਂ ਹੈਗੀ ਇੱਥੇ, ਹੁਣ ਤਾਂ ਸੇਕ ਲੱਗਦਾ, 2.25 ਘੰਟੇ ਦੀ ਰਾਈਡ ਆ। ਵੇਟ ਕਰ ਰਹੇ ਹਾਂ, ਹੁਣ ਥੋੜ੍ਹੀ ਵਧੀਆ ਵੀਡੀਓ ਬਣਾਉਂਦੇ ਹਾਂ, ਸਟਾਰਟਿੰਗ ਸ਼ੂਟਿੰਗ ਕੀਤੀ ਨਹੀਂ ਸੀਗੀ, ਆਪ ਪਾਈ ਰੱਖਾਂ ਜੀ, ਅਤੇ ਉਹਨਾਂ ਟਾਈਮ ਆਪਾਂ ਇੱਥੇ ਬਾਹਰ ਸਟਰੀਟ ਦੇ ਥੋੜ੍ਹੇ ਬਹੁਤ ਲੈਂਦੇ ਹਾਂ, ਸ਼ਾਰਟ ਦਿਖਾਉਂਦੇ ਤੁਹਾਨੂੰ ਹੋਰ ਕੀ ਕੁਛ। ਉਹ ਨੇਰਾ ਨੇਰਾ 'ਚ ਲੱਗਦਾ, ਮੇਰੀ ਬ੍ਰਾਈਟਨੈਸ ਘਟਾਈ ਹੋਈ ਆ, ਨਹੀਂ ਤਾਂ ਬੈਟਰੀ ਆਪਾਂ ਪਹਿਲਾਂ ਹੀ ਖਤਮ ਕਰ ਲੈਣੀ ਆ ਜੀ। ਇਹ ਪੁਰਾਣਾ ਸਟੇਸ਼ਨ ਆ ਜੀ, ਸਾਰਾ ਬਣਿਆ ਹੋਇਆ ਇੱਦਾਂ। ਚਲੋ ਚਲੋ ਚਲੋ, ਅੱਗੇ ਚਲੋ। ਇਹਦੇ ਅੰਦਰ ਹੀ ਟਿਕਟ ਘਰ ਸਾਰਾ ਕੁਛ ਇਹਦੇ ਅੰਦਰ ਹੀ ਆ, ਗੱਡੀਆਂ ਦਾ ਜਾਮ ਇੱਥੇ ਇੰਨਾ ਹੀ ਰਹਿੰਦਾ, ਆਪਦੀ ਗੱਡੀਆਂ ਤਾਂ ਇੱਥੇ ਘੱਟ ਆਉਂਦੇ ਆ ਲੋਕ, ਬਸ ਆਹੀ ਜਿਹੜੀਆਂ ਇੱਥੋਂ ਵਾਲੀਆਂ ਚੱਲਦੀਆਂ ਨੇ। ਵੈਗਨਾਰ ਬਹੁਤ ਆ ਇੱਧਰ, ਛੋਟੀ ਗੱਡੀ, ਜਿਵੇਂ ਆਪਾਂ ਪਹਾੜੀ ਏਰੀਏ 'ਚ ਲੇਹ ਲਦਾਖ 'ਚ ਦੇਖੀਏ ਵੀ ਆਲਟੋਆਂ ਜ਼ਿਆਦਾ ਆ, ਇੱਧਰ ਹੁਣ ਵੈਗਨਾਰ ਜ਼ਿਆਦਾ। ਲਓ ਵੀ ਮਤਲਬ ਇਹ ਆ ਪੁਰਾਣਾ ਸਟੇਸ਼ਨ, ਇਹ ਮੈਨੂੰ ਲੱਗਦਾ ਇੱਧਰ ਭਾਫ ਵਾਲੀਆਂ ਸਾਰੀਆਂ ਨਾ, ਹਾਂ ਇਹ ਸਰਵਿਸ ਸੁਵਿਸ ਮਾੜਾ ਮੋਟਾ ਹੋਰ ਕੰਮ ਕਰ ਇਹਨਾਂ ਦਾ ਚੱਲਦਾ, ਇੱਥੇ 4-5 ਇੰਜਣ ਹਮੇਸ਼ਾ ਖੜੇ ਹੀ ਰਹਿੰਦੇ ਆ। ਮੈਨੂੰ ਲੱਗਦਾ ਵੀ ਆਪਾਂ ਇਹ 'ਤੇ ਝੂਟਾ ਲਾਵਾਂਗੇ ਇਹ ਇੰਜਣ, ਕਿਉਂਕਿ ਆਪਾਂ ਟਿਕਟ ਇਹਦੀ ਕਰਾਈ ਆ ਸਟੀਮ ਵਾਲੇ ਦੀ, ਡੀਜ਼ਲ ਵਾਲੇ ਤਾਂ ਇੱਧਰ ਖੜੇ ਹੁੰਦੇ ਆਲਰੇਡੀ ਉੱਥੇ। ਆਹ ਟਰੈਕ ਨੇ ਇਹਨਾਂ ਦੇ, ਇੱਦਾਂ ਛੋਟੇ ਛੋਟੇ ਟਰੈਕ ਨੇ, ਹੌਲੀ ਹੌਲੀ ਜਾਂਦੀਆਂ ਇਹ, ਕੋਈ ਫਾਟਕ ਨਹੀਂ ਕੁਛ ਨਹੀਂ, ਸ਼ਹਿਰ ਦੇ ਵਿੱਚ ਦੀ ਉੱਦਾਂ ਹੀ ਲੰਘਦੇ ਆ। ਆਹ ਪੁਰਾਣੀਆਂ ਫੋਟੋਆਂ, ਓਲਡ ਦਾਰਜਲਿੰਗ ਸਟੇਸ਼ਨ, ਸੋਰੀ, ਦਾਰਜਲਿੰਗ ਹਿਮਾਲਿਆਨ ਰੇਲਵੇ, ਮਹਾਤਮਾ ਗਾਂਧੀ ਹੁਣੀ ਫਿਰਦੇ ਆ ਗੋਰਿਆਂ ਦੇ ਨਾਲ। ਪਿੱਛੇ ਜਿਹੜੀ ਚਰਚ ਜੀ ਬਣੀ ਆ, ਮੈਨੂੰ ਲੱਗਦਾ ਯਾਰ ਉਹ ਆਹੀ, ਆਹ ਉਹਦੇ ਉਹੀ ਆ, ਉਹ ਦੇਖਦੀ ਆ ਆਹਦੇ ਜਿਹੜੀ, ਉਹ ਪਿੱਛੇ, ਉਹਦੇ ਪਿੱਛੇ, ਉਹ ਦੇਖੇ ਤੇ ਉੱਪਰ ਸੇਮ ਚਰਚ ਆ। ਸਟੇਸ਼ਨ ਵੀ ਆਹੀ ਹੁੰਦਾ ਸੀਗਾ ਇੱਥੇ ਹੀ, ਆਹ ਰੇਲਵੇ ਸਟੇਸ਼ਨ ਜਿੱਥੇ ਹੁਣ ਉਹ ਪਿੱਛੇ ਇੰਜਣ ਖੜ੍ਹੇ ਆ, ਉਹ ਪਿੱਛੇ ਜਿਹੜੀ ਚਰਚ ਦੇਖਦੀ ਆ,
ਉਹ ਵਾਲੀ ਚਰਚ ਆ ਆਹ ਸਟੇਸ਼ਨ ਦਾ ਮੂਹਰੇ ਇਹਦੀ ਉਵੇਂ ਜਿਹੜੀਆਂ ਚਾਦਰਾਂ ਜੀ ਆਹ ਪੱਟੀਆਂ ਪੱਟੇ ਲਾਏ ਆ ਮੂਹਰੇ ਡਿਜ਼ਾਇਨ ਵੀ ਸੇਮ ਉਵੇਂ ਹੀ ਆ ਥੋੜ੍ਹਾ ਬਹੁਤਾ ਚੇਂਜ ਹੋਇਆ ਕਿਵੇਂ ਦੇਖ ਲਾ ਹੈ ਨਾ 1781 ਤੋਂ ਹੁਣ ਤੱਕ ਆਹ 'ਚ ਆਹ ਬਿਲਡਿੰਗ ਤਾਂ ਸੇਮ ਉੱਦਾਂ ਹੀ ਆ ਆਸੇ ਪਾਸੇ ਕਿੰਨੀਆਂ ਉੱਚੀਆਂ ਹੋਰ ਕੀ ਕੁਛ ਬਣ ਗਏ ਲਓ ਜੀ ਇੱਦਾਂ ਦੀ ਗੱਲਬਾਤ ਬਾਕੀ ਹੁਣ ਘੁੰਮਦੇ ਹਾਂ ਜਦੋਂ ਟ੍ਰੇਨ ਆਉਂਦੀ ਆ ਵੇਟ ਕਰਦੇ ਹਾਂ ਪੌਣੇ ਦਾ ਪੌਣੇ 11 ਹੋਏ ਆ ਹਜੇ 11:30 ਆਉਣੀ ਆ ਚੱਲ ਵੀ ਸੱਜਣੋ ਆ ਜਾਓ ਆ ਜਾ ਅਰਬਾ ਸਿੰਘ ਅੱਛਾ ਟ੍ਰੇਨ ਖੜੀ ਆ ਇੱਥੇ ਤੇਰੀ ਫੋਟੋ ਕਰੀਏ ਲਓ ਵੀ ਆਪਾਂ ਛਤਰੀ ਛੁਤਰੀ ਪ੍ਰਬੰਧ ਆਪਣਾ ਪੂਰਾ ਲਿਆ ਹੋਇਆ ਇੱਥੇ ਫੋਟੋ ਕਰਦੇ ਹਾਂ ਬਾਜ ਦਰਿਆ ਦੇ ਉਹ ਕਿੰਨੀ ਸੋਹਣੀ ਆ ਅਤੇ ਪੜਦੇ ਪੁੜਦੇ ਲਾਏ ਹੋਏ ਅੰਦਰੋਂ ਅੰਦਰ ਦੇਖ ਹੈ ਨਾ ਪੂਰੀ ਵਧੀਆ ਅੰਦਰੋਂ ਉਹ ਦੇਖਿਓ ਤੁਸੀਂ ਨਾਲੀ ਚ ਨਾ ਡਿੱਗ ਪਿਓ ਡਰਾਈਵਰ ਸਾਹਿਬ ਬਾਜ ਖੜ ਜਾਂ ਤਾਂ ਅੰਦਰ ਹੋ ਜਾਂ ਬਾਹਰ ਆ ਜਾ ਤੂੰ ਡਿੱਗ ਪੈਣਾ ਸੀ ਕਰਦੇ ਕਰਦੇ ਚਲੋ ਜੀ ਚਲੋ ਧਿਆਨ ਨਾਲ ਲੈ ਕੇ ਚੱਲਿਓ ਸਾਰਿਆਂ ਨੂੰ ਉਹ ਆ ਗਿਆ ਬਾਫ ਵਾਲਾ ਲਓ ਜੀ ਆਪਾਂ ਬਹਿ ਗਏ ਹਾਂ ਤੇ ਇੱਥੇ ਮੂਹਰੇ ਆ ਕੇ ਇੰਜਣ ਲੱਗਣਾ ਲੱਗੂਗਾ ਇੰਜਣ ਹੁਣ ਉਹ ਆਇਆ ਉੱਧਰੋਂ ਇੱਧਰ ਆਊਗਾ ਹਾਂਜੀ ਉੱਧਰੋਂ ਆਊਗਾ ਘੁੰਮ ਕੇ ਐਂ ਚੱਕ ਕੇ ਇੱਧਰ ਰੱਖ ਦੇਣਾ ਚੱਕ ਵੱਡਾ ਹਰਾ ਬੰਦਾ ਬੁਲਾਉਣਗੇ ਇੱਥੇ ਹੁਣ ਇੱਕ ਉਹਨੇ ਉੱਧਰੋਂ ਐਂ ਇੰਜਣ ਚੱਕਣਾ ਐਂ ਚੱਕ ਦੂਜੀ ਲਾਈਨ 'ਚ ਰੱਖ ਦੇਣਾ ਹਾਂ ਸਾਹਮਣੇ ਉਹ ਜੀ ਕੋਲਾ ਉਹਦੇ 'ਚ ਲਾ ਰਹੇ ਆ ਲਾਂਬੂ ਲੱਗ ਰਿਹਾ ਉਹ ਚੱਕ ਲਾਂਬੂ ਲਾ ਕੇ ਧਰਤੀ ਹਾਏ 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 ਚਿੜੀਆਂ ਮਾਰਦੀ ਆ ਨਾ ਹੋਏ ਲਓ ਜੀ ਆ ਗਿਆ ਡੱਬਾ ਪਿੱਛੇ ਰਹਿ ਪਿੱਛੇ ਰਹਿ ਪਿੱਛੇ ਰਹਿ ਓ ਪਿੱਛੇ ਰਹਿ ਆਪਕਾ ਸੀਟ ਨੰਬਰ ਕੌਨ ਸਾ ਨਹੀਂ ਨਹੀਂ 1-2 ਨਹੀਂ ਹੈ ਜੀ ਜੇ ਹਮਾਰਾ ਸੀਟ ਹੈ ਆਪਕਾ F1 ਹੈ ਨਹੀਂ ਉਹ ਪਿੱਛੇ ਵਾਲਾ ਹੋਗਾ ਜਾਂ ਜੇ ਫਰੰਟ ਵਾਲਾ ਹੋਗਾ ਇੱਕ ਮਿੰਟ ਦਿਖਾਣਾ F1 ਕਾ 1-2 F1 ਕਾ 1-2 ਪਿੱਛੇ ਹੈ ਉਧਰ J20 A29 ਹੈ F1 ਹੈ ਨਾ 27 28 ਹਾਂਜੀ ਹੈ ਡੱਬਾ F1 ਹੈ ਉਹ 1-2 ਪਿੱਛੇ ਸ਼ੁਰੂ ਹੁੰਦਾ ਹੈ ਜੀ 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 ਸਿਸਟਮ ਜਿਹਾ ਕਾਫੀ ਹੈ ਇਹਨਾਂ ਦਾ ਇਹ ਚੱਲਦੀ ਆ ਭਾਵ 'ਤੇ ਐਵੇਂ ਨਹੀਂ 1500 ਰੁਪਇਆ ਵੱਧ ਦਿੱਤਾ ਮੈਨੂਅਲ ਹੀ ਚੱਲਦੀ ਸਾਰੀ ਹੈ ਕਰਦਾ ਤੂੰ ਆ ਰੋਡ ਹਾਂ ਦੇ ਕੋਲਾ ਕੋਲਾ ਭਰਿਆ ਜਾਂਦਾ ਇੱਥੋਂ ਦੀ ਪੂਰਾ ਚਲਾਉਣ ਤੋਂ ਪਹਿਲਾਂ ਤੇਲ ਤੂਲ ਕਾਫੀ ਦੇਣਾ ਪੈਂਦਾ ਇਹਨੂੰ ਸਾਰੇ ਕਿਤੇ ਇਹਦੀਆਂ ਗਰਾਰੀਆਂ ਗਰੂੜੀਆਂ ਸਾਰੇ ਕਿਤੇ ਜਿੰਨੇ ਜੁਆਇੰਟ ਆ ਸਾਰੇ ਕਿਤੇ ਤੇਲ ਦੇਣਾ ਪੈਂਦਾ ਇਹਨੂੰ ਕੋਲੇ ਦੀ ਭੂਰ ਜੀ ਡਿੱਗ ਰਹੀ ਆ ਤਾਂ ਤੋਂ ਹੈਗਾ ਡੀਜ਼ਲ ਇੰਜਣ ਉਹ ਜੀ ਆਹ ਖੜਿਆ ਦੋਨੇ ਇੰਜਣ ਇੱਕ ਪਾਸੇ ਡੀਜ਼ਲ ਅਤੇ ਇੱਕ ਪਾਸੇ ਸਟੀਮ ਵਾਲਾ 11:30 ਦਾ ਟਾਈਮ ਸੀ ਪੌਣੇ 12 ਹੋ ਚੁੱਕੇ ਚੱਲਣੀਆਂ ਬਰਾਬਰ ਬਰਾਬਰ ਜਿਹਾ ਮੈਨੂੰ ਲੱਗਦਾ ਹਾਂਜੀ ਜੈ ਹਿੰਦ ਲਓ ਜੀ ਪਾਫ ਵਾਲੀ ਤਾਂ ਚਲੀ ਗਈ ਉਹ ਨਹੀਂ ਸੋਰੀ ਡੀਜ਼ਲ ਵਾਲੀ ਤਾਂ ਚਲੀ ਗਈ ਆਪਾਂ ਕਰ ਰਹੇ ਹਾਂ ਜੇ ਵੇਟ ਤੋਰੋ ਇਹਨੂੰ ਵੀ
ਚੜਾਈ ਜ਼ਿਆਦਾ ਹੋਣ ਕਰਕੇ ਥੋੜ੍ਹਾ ਜਿਹਾ ਲੋਡ ਲੈ ਗਈ ਅਤੇ ਹੁਣ 2 ਮਿੰਟ ਰੁਕ ਕੇ ਉਹਦਾ ਹੋਰ ਤੇਲ ਪਾਣੀ ਦੁਬਾਰਾ ਚੈੱਕ ਕਰ ਰਹੇ ਆ ਉਹ ਦੁਬਾਰਾ ਚੈੱਕ ਚੁੱਕ ਕਰਕੇ ਫਿਰ ਦੁਬਾਰਾ ਤੋਰਨ ਗਿਆ ਬਸ ਉਹਦੇ ਲੱਗੇ ਸਟਾਰਟ ਕਰਨ ਹੁਣ ਚਲੋ 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 ਸਟਾਰਟ ਕਰਨ ਲੱਗੇ ਉਹਦੇ ਪਿੱਛੋਂ ਜੋ ਪਿੱਛੋਂ ਡਿੱਗੋਗੇ ਡਿੱਗੋਗੇ ਪਿੱਛੇ ਜਿਹਨਾਂ ਤੁਹਾਡਾ ਚੈਨਲ ਸਬਸਕ੍ਰਾਈਬ ਕਰਦੇ ਆ ਥੈਂਕ ਯੂ ਇੱਕ ਵਾਰ ਫਿਰ ਰੋਕ ਕੇ ਥੋੜ੍ਹਾ ਬਹੁਤਾ ਜਿਹੜਾ ਹੁੰਦਾ ਨਾਲ ਦੇ ਨਾਲ ਕੰਮ ਕਰਨਾ ਪੈਂਦਾ ਉੱਥੇ ਕੂਲਾ ਕੂਲਾ ਸੈੱਟ ਕਰਨਾ ਜਾਂ ਉਹਦੀਆਂ ਗਾਰੀਆਂ ਗਰੂਰੀਆਂ ਨੂੰ ਤੇਲ ਤੂਲ ਦੇਣਾ ਜਿਹੜੀ ਯਾਤਰੀ ਖੜ੍ਹ ਕੇ ਦੇਖ ਰਹੇ ਨਾਲ ਬ੍ਰੇਕ ਜਾਓ ਫੋਟੋ ਫੋਟੋ ਕਰੋ ਜਿਵੇਂ ਮਰਜ਼ੀ ਕੰਮ ਕਰਕੇ ਆਓ ਅਤੇ ਜਦੋਂ ਇੰਜਨ ਸਿਟੀ ਮਾਰੂਗਾ ਆ ਜਾਓ ਨਹੀਂ ਤਾਂ ਕਹਿੰਦੇ ਛੱਡ ਕੇ ਚਲੇ ਜਾਣਾ ਹਾਂਜੀ ਜਾਣਾ ਪਰ ਮੀਂਹ ਪੈ ਰਿਹਾ ਜਾਣਾ ਚਲੋ ਚੱਲਦੇ ਚਲੋ ਗਾਈਸ ਚਲੋ ਚਲੋ ਤੁਰੋ 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 ਉਹ ਤੁਰੋ ਹੌਲੀ ਹੌਲੀ 15 ਮਿੰਟ ਹੀ ਆ ਹੌਲੀ ਹੌਲੀ ਤੁਰੇਗਾ ਤਾਂ ਫਿਰ ਤਾਂ ਫਿਰ ਬਸ ਚੱਲ 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 ਇੰਜਨ ਤੋਂ ਦੂਰ ਦੀ ਚਲੋ 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 ਲੈ ਵੀ ਬਾਰਿਸ਼ ਆ ਗਈ ਮਿੱਤਰਾ ਝੱਕ ਛਤਰੀ ਆਪਾਂ ਇੱਕ ਹੀ ਲਿਆਉਂਦੀ ਆ ਤਾਂ ਲਿਆਉਂਦੀ ਵੱਡੀ ਆ ਸਾਰਾ ਟੱਬਰ ਹੀ ਇਹਦੇ ਥੱਲੇ ਆ ਗਿਆ ਚਲੋ ਜੀ ਫੋਟੋਆਂ ਕੀ ਕਰਨੀਆਂ ਇੱਥੇ ਫੋਟੋਆਂ ਹੀ ਕਰਨਾ ਗਿੜੇ ਇੱਕ ਦੂਜੇ 'ਚ ਵੱਜਣਾ ਬਸ ਥੱਲੇ ਦੇਖ ਕੇ ਨੀਵਾਂ ਇੱਥੇ ਦੇਖ ਕੇ ਦੇਖ ਕੇ ਨਹੀਂ ਪੈਂਦੀਆਂ ਇੰਨੀਆਂ ਕੁ ਤਾਂ ਕੋਈ ਨਹੀਂ 15 ਮਿੰਟ 12:30 ਹੋਏ ਆ 12:40-45 ਤੱਕ ਆਪਾਂ ਆ ਜਾਣਾ ਵਾਪਸ ਇਹ ਆਪਣੇ ਹੋਟਲ ਤੋਂ ਓਏ ਨਾ ਬਜ ਛੂ ਕਿਲੇ ਹੋ ਰਹੇ ਆ ਇਹ ਵਿਊ ਆਪਣੇ ਹੋਟਲ ਤੋਂ ਦਿਖਦਾ ਸੀ ਉੱਧਰੋਂ ਛੂ ਫਿਰ ਗਿੱਲੇ ਹੋ ਜਾਣਗੇ ਹੋਰ ਹੈ ਨਹੀਂ ਗੇ ਚੰਗਾ
ਇਸ ਤੋਂ ਬਾਅਦ ਟ੍ਰੇਨ 'ਚ ਹਾਂਜੀ ਟ੍ਰੇਨ ਉਹ ਖੜੀ ਹੈ ਸਾਹਮਣੇ, ਭਾਫ਼ ਨਿਕਲੀ ਜਾਂਦੀ ਹੈ, ਉਹਦਾ ਇੰਜਣ ਚੱਲੀ ਜਾਂਦਾ, ਉੱਥੋਂ ਦੀ ਚੱਲ ਕੇ ਇੱਧਰ ਦੀ ਚੱਲ ਕੇ ਇੱਥੇ ਆ ਜਾਣੀ ਆ, ਫਿਰ ਇਸ ਤੋਂ ਅੱਗੇ ਉਹ ਉੱਧਰ ਹੁੰਦੀ ਹੁੰਦੀ ਨਿਕਲ ਜਾਣੀ ਅੱਗੇ। ਹਾਂ ਸਰਗਿੱਲਾ ਹੋ ਰਿਹਾ ਥੱਲੇ ਦਾ। ਇਹ ਹੈਗਾ ਬਤਾਸੀਆ ਲੂਪ, ਬਤਾਸੀਆ ਲੂਪ ਇਹ ਹੈਗੀ ਆ ਦਾਰਜਲਿੰਗ ਹਿਮਾਲਿਆਨ ਰੇਲਵੇ, ਬਤਾਸੀਆ ਲੂਪ ਸਟੇਸ਼ਨ ਹੋਣਾ ਹੈ ਨਾ, ਜਾਂ ਇਹ ਸਟੇਸ਼ਨ ਤਾਂ ਨਹੀਂ ਹੈ ਤਾਂ, ਜਾਂ ਵੈਸੇ ਆ ਪਾਰਕ ਦਾ ਨਾਂ ਹੋਊਗਾ, ਜਾਂ ਰੋਲ ਆਫ ਆਨਰ ਨਾਂ ਕਾਫੀ ਲਿਖੇ ਨੇ ਇੱਥੇ ਸਾਰਿਆਂ ਦੇ, ਜਾਂ ਉਹ ਮੈਨੂੰ ਇੱਥੇ ਜਿਹੜੇ ਜੋ ਸ਼ਹੀਦ ਹੋਏ ਨੇ ਜਾਂ ਕੁਛ ਵੀ ਉਹਨਾਂ ਨੂੰ ਸਮਰਪਿਤ ਉਹ ਉਹਨਾਂ ਦੀ ਉਹ ਬਣਾਈ ਹੋਈ ਹੈ, ਸਾਰਿਆਂ ਦੇ ਨਾਂ ਲਿਖੇ ਹੋਏ ਨੇ ਹੈ ਨਾ, ਇੱਦਾਂ ਹੀ ਹੋਊ। ਚਲੋ 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 ਮੀਂਹ ਆ ਗਿਆ, ਫਿਰ ਚੱਲੀਏ ਫਟਾਫਟ ਟ੍ਰੇਨ 'ਚ ਬੈਠੇ, ਟ੍ਰੇਨ ਤੁਰ ਜਾਣੀ ਹੈ, 5 ਮਿੰਟ ਰਹਿ ਗਏ। ਆਈ ਲਵ ਦਾਰਜਲਿੰਗ। ਹੌਲੀ, ਵਾਹ ਅੱਛਾ, ਕਿਆ ਹੋਰ ਨਾਲ ਹਥਿਆਰ ਵੀ ਦਿੰਦੇ ਆ ਨਾ ਉਹ, ਐਂ ਪਾਉਣ ਨੂੰ ਇੱਥੋਂ ਦੀ ਡਰੈਸ ਪਾ ਕੇ ਫੋਟੋਆਂ ਕਰੋ, ਆਨੰਦ ਲਓ। ਉਹ ਹਾਂਜੀ ਇੱਧਰ ਜਾਣਾ, ਇੱਧਰ ਜਾਣਾ, ਇੱਧਰ ਇੱਧਰ ਜਾਣਾ ਆਪਾਂ, ਹੌਲੀ 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 ਦੇਖ। ਕਿਹਦਾ ਕਿੱਥੇ? ਅੱਛਾ ਜੋ ਇੱਥੋਂ ਵਿਊ ਲੈਣਾ ਤਾਂ ਲੈ, ਹੋਰ ਨਹੀਂ ਕੁਛ ਵਿਊ ਦਿਖਦਾ ਹੀ ਨਹੀਂ ਇੱਧਰ। ਅੱਗੇ ਖੜੀ ਅੱਗੇ, ਇਹ ਤਾਂ ਡੀਜ਼ਲ ਵਾਲੀ ਆ, ਭੁਲੇਖੇ 'ਚ ਹੀ ਬਹਿ ਜਾਣਾ ਸੀ। ਆ ਇੱਧਰ ਫੋਟੋ ਕਰੀ, ਇੱਥੇ ਇੱਥੇ ਖੜ, ਆ ਫੜ ਲਓ ਛਤਰੀ, ਹਟ ਗਿਆ ਵਾ, ਹਟ ਗਿਆ ਫੜੀ। ਆਪਾਂ ਪਹੁੰਚ ਗਏ ਜੀ ਗੁੰਮ, ਗੁੰਮ ਸਟੇਸ਼ਨ, ਇੱਥੇ ਗੁੰਮ ਨਹੀਂ ਆਉਣਾ ਕਹਿੰਦੇ, ਗੁੰਮੇ ਗੁੰਮ ਨਹੀਂ ਆਉਂਦਾ ਹੈਗਾ। ਗੁੰਮ ਮਿਊਜ਼ੀਅਮ ਹੈ ਇੱਧਰ, ਮਿਊਜ਼ੀਅਮ ਦੇਖਣਾ, ਉਹਦੇ ਅੰਦਰ ਮਿਊਜ਼ੀਅਮ ਦੇਖਦੇ। ਇੱਥੇ ਹੋਰ ਪੁਰਾਣੇ ਖੜੇ ਇੰਜਣ, ਆਹ ਦੇ ਅੰਗਰੇਜ਼ਾਂ ਵੇਲੇ ਦੇ, ਆਹ ਦੇ ਪਹਿਲਾਂ ਬਾਅਦ ਇਹਦੇ ਹੁੰਦੇ ਸੀਗੇ, ਹੋਰ ਪੁਰਾਣੇ। ਆਹ ਦੇਖ ਆਹ ਛੋਟਾ ਜਿਹਾ ਇੱਧਰ, ਆਹ ਦੇ ਕਿੰਨਾ ਛੋਟਾ ਜਿਹਾ, ਕਿੰਨਾ ਛੋਟਾ ਜਿਹਾ ਇੰਜਣ ਆ, ਬਾਅਦ ਚਲਾ ਸਕਦਾ, ਭੱਜ ਨਾ ਜਾਵੇ, ਦੇਖ ਕੇ ਭੱਜ ਨਾ ਜਾਵੇ। ਇਹ ਤਾਂ ਲਿਖਿਆ ਹੋਊਗਾ ਕਿੰਨੇ ਟਾਈਮ ਦਾ, ਇਹ ਹਿਸਟਰੀ ਇਹਦੀ। ਅੱਛਾ ਸਟੇਸ਼ਨ ਆ ਇਹ, ਆਹ ਇੰਜਣ ਆ ਇਹ, 1881 ਈਅਰ ਦਾ ਜਰਮਨੀ ਦਾ, 20 HP ਕਿੰਗ ਪ੍ਰੈਸ਼ਰ, 170 PSI, 12 KGCM ਟੂ ਵਾਟਰ ਟੈਂਕ ਕਪੈਸਿਟੀ 450 ਲੀਟਰ, ਅਤੇ ਇੰਨੇ ਤੋਂ ਇੰਨੇ ਇੰਨੇ ਕਿੰਨੇ ਕਿੰਨੇ ਚੱਲੇ ਆ ਤੁਸੀਂ ਆਪੇ ਹੁਣ ਪੜ੍ਹ ਲਓ, ਬੜੀ ਅੰਗਰੇਜ਼ੀ ਆਪਾਂ ਆਉਂਦੀ ਨਹੀਂ। ਇਹ ਇੰਜਣ ਸੀਗਾ ਜੀ ਇਹ, ਇੱਥੇ ਪੁਰਾਣਾ ਸਮਾਨ ਰੱਖਿਆ ਸਾਰਾ, 1881 ਕੁਛ ਜੀ ਪਹਿਲਾਂ ਗੋਰੇ ਜਰਮਨ ਤੋਂ ਲੈ ਕੇ ਆਏ ਸੀ, ਜਾਂ ਪਤਾ ਨਹੀਂ ਕਿਵੇਂ ਬਣਾਇਆ ਹੋਣਾ ਉਹਨਾਂ ਨੇ ਇੱਥੇ ਲਿਆ ਕੇ। ਓਹੋ, ਕੀ ਹੋ ਗਿਆ ਇੱਥੇ ਬਹਿਣਾ, ਪੈਰ ਨਾਲ ਤਲਕ ਜੇ ਦੇਖ ਕੇ, ਹਾਂ ਨਾ ਲਿਬੜਨ ਤੋਂ ਨਹੀਂ ਡਰਦੇ ਆਪਾਂ, ਫੋਟੋ ਜ਼ਰੂਰ ਕਰਾਉਣੀ ਆ, ਬਹਿ ਕੇ ਬੈਠੋ, ਇੱਥੇ ਉੱਥੇ ਬੈਠੋ, ਚੇਅਰ 'ਤੇ ਬਹਿ ਜਾ, ਬਹਿ ਜਾ, ਬਹਿ ਜਾ, ਹੁਣ ਇੱਥੇ ਬੈਠੋ ਤਾਂ ਉੱਥੇ ਬਹਿ ਜਾ, ਕੋਈ ਨਾ, ਸ਼ਾਬਾਸ਼, ਟੁੱਟਿਆ ਨਹੀਂ ਇਹ, ਲਾਈਨ ਚੈੱਕ ਕਰਨ ਲਈ ਕੁਛ ਇੱਦਾਂ ਹੀ ਚੱਲਦੀ ਹੋਣੀ ਆ ਉਦੋਂ। ਹਾਂਜੀ ਚਲੋ ਆ ਜਾ, ਸਭ ਤੋਂ ਉੱਪਰ ਬੈਠਾ ਵਾ, ਚੜਿਆ ਆ ਜਾ, ਉਤਰੇ ਥੱਲੇ, ਹੁਣ ਹੌਲੀ ਉਤਰੀ, ਹੁਣ ਤਾਰਾਂ ਇੱਧਰ ਕਰੋ 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 ਕਰੋ, ਚੱਲ ਮੀਂਹ ਆ ਗਿਆ ਜ਼ਿਆਦੇ, ਇੱਥੇ ਖੜ ਜਾ, ਭੱਜ ਗਈ ਤੇਰੀ ਜੈਕਟ ਤਾਂ ਸਾਰੀ, ਨਾ ਨਾ ਉੱਥੇ ਨਹੀਂ ਜਾਣਾ, ਪਤਾ ਖੜ ਜਾ ਜਾ। ਲੈ
ਲੈ ਇਹੀ ਨਹੀਂ ਲੋਟ ਆਉਂਦਾ। ਓਏ ਆ ਜਾਓ, ਕਿਉਂ ਭੱਜੀ ਜਾਂਦੇ ਇੱਥੇ, ਜ਼ਿਆਦਾ ਹੋ ਗਿਆ ਮੀਂਹ, ਅੰਦਰ ਆ ਜਾਓ, ਬਾਅਦ 'ਚ ਕਰ ਲੈਂਦੇ, ਆ ਜਾਓ ਉੱਧਰ ਦੀ ਉੱਧਰ ਦੀ। ਇਹਦੇ ਮਗਰ ਫਿਰਦਾ ਭੱਜਿਆ ਕਦੋਂ ਦਾ। ਓ ਜੀ ਓ ਜੀ ਓ ਜੀ, ਹੱਡੀ ਦੇ ਲੜਾਈ ਨਾਲ ਖੜਾ ਸਾਹਮਣੇ। ਉੱਧਰ ਉਹ ਭਾਵ ਵਾਲੇ ਦਾ ਕੰਮ ਕਾਰ ਜੋ ਰਹਿੰਦਾ ਉਹ ਕਰ ਰਹੇ ਆ, ਡੱਬੇ ਇੱਧਰ ਖੜੇ ਆ, ਆ ਇੱਧਰ ਫਿਰਦਾ ਪਤਾ ਨਹੀਂ ਪੈਟਰੋਲ ਵਾਲਾ ਇੰਜਣ ਕਿਹੜਾ ਇਹ। ਚਲਾ ਜ਼ੋਰ ਕਰਮ ਹੈ। ਓਕੇ, ਉਹ ਵੀ ਡਲੇਗਾ ਇਸਮੇ? ਹਾਂ ਹਾਂ, ਜੋ ਚਨਾ ਵੀ ਡਲੇਗਾ। ਜੇ ਚਨੇ ਕਾ ਹੈ ਡਲੇ, ਜੇ ਚਨੇ ਕਾ ਹੈ ਚਨੇ ਕਾ। ਓਕੇ, ਬਣਾ ਦਿਓ ਇੱਕ, ਕਿਤਨੇ ਕਾ? 30 ਰੁਪਿਆ। ਓਕੇ ਚਲੋ ਬਣਾ ਦਿਓ, ਕੋਈ ਬਾਤ ਨਹੀਂ। ਉਹ ਚਨੇ ਉਹ ਡਾਲ ਦੇਣਾ ਵੋ ਵਾਲੇ। ਲਓ ਜੀ, ਉੱਥੇ ਖਾਣ ਪੀਣ ਵਾਲਾ ਸਮਾਨ ਆਪਾਂ ਆਹ ਵੀ ਲਿਆ ਨਾਲ, ਹਰਬਾਜ ਨੇ ਆ ਲਿਆ ਬਰਾਸਾਂ ਆ ਗਿਆ, ਇਹ ਦੂਜੀ ਲਾਈਨ 'ਚ ਆ ਗਿਆ। ਹੁਣ ਉੱਧਰ ਚੜ ਜਾਓ, ਉੱਧਰ ਨੂੰ ਆਏ। ਹਾਏ ਹਾਏ ਹਾਏ, ਸੀਟੀਆਂ ਨਾ ਮਾਰ ਮੁੰਡੇ ਆਵੇ। ਲੈ ਵੀ ਹੁਣ ਜਾਂ ਤਾਂ ਆਹ ਡਿੱਗਣਗੇ ਜਾਂ ਛਤਰੇ ਡਿੱਗੂ। ਬੈਕਟ ਬਿੱਲਾ, ਮੂੰਹ ਕਿਵੇਂ ਲਵੇੜਿਆ? ਬਾਹਾਂ ਮੁੜ ਗਈ। ਅੱਛਾ ਉੱਥੇ ਭੱਜੀ, ਕੋਈ ਨੀ ਕੋਈ ਨੀ। ਚਲੋ ਉਤਰਨਾ ਹੁਣ ਆਪਾਂ, ਬਸ ਇੰਨਾ ਕੁ ਹੋਣਾ ਹੀ ਸੀ ਜਿਹੜੇ ਤੋਂ ਪੰਗੇ ਲੈਂਦੇ। ਇੱਕ ਦੇ ਦੋ, ਦੇ 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 ਲੈ 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 ਲੈ। ਚਲੋ ਬਸ ਠੀਕ ਹੈ ਠੀਕ ਹੈ, ਕੋਈ ਨਾ। ਹਾਂ ਚਲੋ ਜੀ, ਲਓ ਜੀ ਗਾਈਸ, ਆਪਾਂ ਆ ਚੁੱਕੇ ਹਾਂ ਰੂਮ ਦੇ ਵਿੱਚ। ਹਾਂਜੀ, ਗੁੰਮ ਕਿੱਥੇ ਰੱਖ ਗਿਆ ਸੀ? ਇੱਥੇ ਹੀ ਆਉਣਾ। ਆਪਾਂ ਆ ਚੁੱਕੇ ਹਾਂ ਜੀ ਰੂਮ ਦੇ ਵਿੱਚ, ਅਤੇ ਬਾਰਿਸ਼ ਹੋ ਰਹੀ ਆ ਬਾਹਰ ਬਹੁਤ, ਇੱਕਦਮ ਬੱਦਲ ਆਇਆ ਅਤੇ ਮੀਂਹ ਆ ਗਿਆ। ਦੇਖੋ ਬਾਹਰ ਘੈਂਟ ਆ ਕੰਮ। ਠੀਕ ਆ,
ਤੇ ਚਲੋ ਓਕੇ ਥੈਂਕ ਯੂ, ਇਹ ਬਲੌਗ ਦਾ ਕਰਦੇ ਹਾਂ ਇੱਥੇ ਹੀ ਐਂਡ, ਅਤੇ ਕੱਲ੍ਹ ਮਿਲਦੇ ਹਾਂ ਜੀ ਤੁਹਾਨੂੰ ਨਵੇਂ ਬਲੌਗ ਦੇ ਨਾਲ, ਇੱਥੋਂ ਨਿਕਲਦੇ ਹਾਂ ਹੋਰ ਅੱਗੇ। ਓਕੇ ਥੈਂਕ ਯੂ ਸੋ ਮੱਚ, ਲਾਈਕ ਕਰ ਦਿਓ, ਕਮੈਂਟ ਕਰ ਦਿਓ, ਅਤੇ ਜੀ ਕੀਤਾ ਤਾਂ ਸ਼ੇਅਰ ਵੀ ਕਰ ਦਿਓ ਅੱਗੇ। ਥੈਂਕ ਯੂ, ਬਾਏ ਬਾਏ।